ਕਹਿੰਦੇ ਹਨ ਕਿ ਜਦੋਂ ਪਰਮਾਤਮਾ ਦਿੰਦਾ ਹੈ ਛੱਪੜ ਪਾੜ ਕੇ ਦਿੰਦਾ ਹੈ। ਇਸੇ ਤਰ੍ਹਾਂ ਹੀ ਇੱਕ ਮੋਗਾ ਦੇ ਇੱਕ ਗਰੀਬ ਵਿਅਕਤੀ ਨਾਲ ਹੋਇਆ ਜੋ ਕਿ ਪਿਛਲੇ 40 ਸਾਲਾਂ ਤੋਂ ਲਗਾਤਾਰ ਬੰਪਰ ਦੀਆਂ ਟਿਕਟਾਂ ਪਾ ਰਿਹਾ ਸੀ। ਜਦੋਂ ਹੀ ਪਿਛਲੇ ਦਿਨਾਂ ਵਿੱਚ ਪੰਜਾਬ ਸਟੇਟ ਬੰਪਰ ਦੀਆਂ ਟਿਕਟਾਂ ਆਈਆਂ ਤਾਂ ਮੋਗਾ ਦੇ ਇੱਕ ਗਰੀਬ ਰਿਕਸ਼ਾ ਚਾਲਕ ਨੇ ਵੀ ਮਸਾਂ ਕਿ ਜਿਹੜਾ 200-300 ਰੁਪਇਆ ਮਜ਼ਦੂਰੀ ਕਮਾਉਂਦਾ ਸੀਗਾ ਉਹਨੇ ਟਿਕਟ ਪਾਈ ਬੰਪਰ ਦੀ, ਜਿਸ ਵਿੱਚ ਉਸ ਦਾ 2.5 ਕਰੋੜ ਦਾ ਬੰਪਰ ਨਿਕਲਿਆ। ਰਾਤੋਂ ਰਾਤ ਪਲਟੀ ਰਿਕਸ਼ੇ ਵਾਲੇ ਬਜ਼ੁਰਗ ਦੀ ਤਕਦੀਰ ਅਤੇ ਫਿਰ ਬਣ ਗਿਆ ਕਰੋੜਪਤੀ। ਧਰਮਕੋਟ ਸ਼ਹਿਰ ਦੇ ਲਾਗਲੇ ਪਿੰਡ ਲੋਹਗੜ੍ਹ ਵਾਸੀ 85 ਸਾਲਾ ਦੇਵ ਸਿੰਘ ਦਾ ਨਿਕਲਿਆ 2.5 ਕਰੋੜ ਰੁਪਏ ਦਾ ਵਿਸਾਖੀ ਬੰਪਰ। ਜਦੋਂ ਕਿ ਇਸ ਬੰਪਰ ਬਾਰੇ ਉਹਨਾਂ ਦੇ ਘਰਦਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਦਾ ਖੁਸ਼ੀ ਦਾ ਟਿਕਾਣਾ ਨਾ ਰਿਹਾ ਤਾਂ ਸਾਰੇ ਪਿੰਡ ਵਾਲਿਆਂ ਦਾ ਉਹਨਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਨ ਤਾਂ ਲੱਗ ਗਿਆ ਅਤੇ ਉਸ ਨੂੰ ਦੇਵ ਸਿੰਘ ਨੂੰ ਜਿਹਦਾ 2.5 ਕਰੋੜ ਦਾ ਨਾਮ ਨਿਕਲਿਆ ਉਸ ਨੂੰ ਖੁਦ ਯਕੀਨ ਨਹੀਂ ਹੋ ਰਿਹਾ ਸੀ ਕਿ ਉਸ ਦੀ ਇਹ ਕਿਸਮਤ ਕਿਵੇਂ ਪਲਟੀ। ਕਿੱਥੇ ਉਹ ਲੋਕਾਂ ਦਾ ਭਾਰ ਢੋ ਰਿਹਾ ਸੀ 40 ਸਾਲਾਂ ਤੋਂ, ਅਤੇ ਪਰੰਤੂ ਇਸ ਖਬਰ ਦੀ ਸਾਰੇ ਮੋਗੇ, ਧਰਮਕੋਟ ਅਤੇ ਉਸਦੇ ਪਿੰਡ ਲੋਹਗੜ੍ਹ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਾਰੇ ਪਿੰਡ ਵਾਲੇ, ਸਾਰੇ ਚੈਨਲਾਂ ਵਾਲੇ ਉਹਨਾਂ ਦੇ ਇੰਟਰਵਿਊ ਕਰਨ ਲਈ ਉਸ ਦੇ ਘਰ ਤੱਕ ਪਹੁੰਚ ਰਹੇ ਹਨ ਅਤੇ ਜੋ ਇਸ ਚੈਨਲ ਦੇ ਨਵੇਂ ਨੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਕਮੈਂਟ ਕਰੋ, ਲਾਈਕ ਕਰੋ ਤਾਂ ਜੋ ਜਿੰਨੀਆਂ ਵੀ ਲੇਟੈਸਟ ਨਿਊਜ਼ ਅਸੀਂ ਤੁਹਾਡੇ ਤੱਕ ਪਹੁੰਚਾਈਏ। ਰਾਤੋਂ ਰਾਤ ਪਲਟੀ ਰਿਕਸ਼ੇ ਵਾਲੇ ਬਜ਼ੁਰਗ ਦੀ ਤਕਦੀਰ। ਕਿਸਮਤ ਦਾ ਕੋਈ ਪਤਾ ਨਹੀਂ ਹੁੰਦਾ ਕਿਸਮਤ ਕਿਹੜੇ ਮੋੜ 'ਤੇ ਖੜ੍ਹੀ ਹੈ। ਦੇਖੋ, ਇੱਕ ਦਿਨ ਪਹਿਲਾਂ ਉਹ ਕੱਖਾਂ ਦਾ ਸੀ ਅਤੇ ਅਗਲੇ ਦਿਨ ਉਹ ਕੀ ਬਣ ਗਿਆ, ਕਰੋੜਾਂ ਦਾ ਬਣ ਗਿਆ। ਇੱਕ ਛੋਟੀ ਜਿਹੀ ਲਾਟਰੀ ਪਾਉਣ ਨਾਲ ਧਰਮਕੋਟ ਦਾ ਦੇਵ ਸਿੰਘ 2.5 ਕਰੋੜ ਦਾ ਮਾਲਕ ਬਣ ਗਿਆ। ਵਿਸਾਖੀ ਬੰਪਰ ਉਹਨਾਂ ਦੇ ਨਾਂ ਹੋ ਗਿਆ।